ਭਾਜੀ ਮੈਂ ਪੈੜੀ ਸਰਿਆੜੀ ਠੇਕੇ ਤੇ ਲਈ ਸੀ ਤੇ ਗਰਮੀ ਕਾਰਨ ਪਾਣੀ ਦੀ ਸ਼ਾਰਟ ਸੀ ਤੇ ਜਨਰੇਟਰ ਸਾਡੇ ਰਿਸ਼ਤੇਦਾਰਾਂ ਦਾ ਸਾਡੇ ਮਾਮਾ ਜੀ ਦਾ ਜਨਰੇਟਰ ਸਾਂਝਾ ਸੀ ਉਹਨਾਂ ਨਾਲ ਅਸੀਂ ਜਨਰੇਟਰ ਲੈਣ ਦਾ ਮੋਟਰ ਸੜ ਗਈ ਨਾਲ ਹੀ ਨਾਲ ਜਨਰੇਟਰ ਥੋੜ੍ਹਾ ਬਹੁਤਾ ਖਰਾਬ ਹੋ ਗਿਆ ਇੰਨੇ ਚਿਰ ਨੂੰ ਉਹ ਆ ਗਿਆ ਜਨਰੇਟਰ ਦਾ ਭਾਈਵਾਲ ਜਨਰੇਟਰ ਬਣਾਉਣ ਲਈ ਕਹਿਣ ਲੱਗਾ ਅਸੀਂ ਜਨਰੇਟਰ ਨੂੰ ਆਖਿਆ ਸਵੇਰੇ ਤੇਰਾ ਬਣ ਜੂਗਾ ਉਹ ਸਾਨੂੰ ਮਾੜਾ ਚੰਗਾ ਕਹਿਣ ਲੱਗਾ ਮਾੜਾ ਚੰਗਾ ਕਹਿੰਦਿਆਂ ਕਹਿੰਦਿਆਂ ਘਰ ਨੂੰ ਚਲੇ ਗਿਆ ਘਰੋਂ ਜਾ ਕੇ ਬੰਦੇ ਲੈ ਆ ਬੰਦੇ ਲਿਆ ਕੇ ਸਾਡੇ ਦੇ ਅਤੇ ਤਿਉਹਾਰਾਂ ਨਾਲ ਦਾਤਰਾਂ ਉਹਨਾਂ ਦੇ ਗੰਡਾਸੀਆਂ ਨਾਲ ਹਮਲਾ ਕਰਤਾ ਲਿਆ ਕੇ ਮੇਰਾ ਪਰਿਵਾਰ ਮੇਰੇ ਨਾਲ ਹੀ ਉਸ ਟਾਈਮ ਮੌਕੇ ਤੇ ਸਾਡੇ ਘਰ ਆ ਗਏ ਮਾਮਾ ਜੀ ਤੇ ਮੇਰੇ ਬੂਹੇ ਗੜੀ ਗੜ ਪੈ ਗਿਆ ਆ ਕੇ ਤਰਨ ਤਾਰਨ ਦੇ ਪਿੰਡ ਪੱਖੋਪੁਰਾ ਵਿੱਚ ਮੰਗਵੇਂ ਜਨਰੇਟਰ ਦੀ ਮੁਰੰਮਤ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਆਪਸੀ ਖੂਨੀ ਝੜਪ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਜ਼ਖਮੀ ਹੋਏ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਬਿਜਲੀ ਨਾ ਆਉਣ ਕਰਕੇ ਉਸ ਨੂੰ ਖੇਤਾਂ ਵਿੱਚ ਪਾਣੀ ਲਗਾਉਣ ਵਿੱਚ ਕਾਫੀ ਦਿੱਕਤ ਆ ਰਹੀ ਸੀ ਜਿਸ ਦੇ ਚਲਦੇ ਉਸ ਨੇ ਆਪਣੇ ਮਾਮੇ ਗੁਰਧਰਮ ਸਿੰਘ ਤੋਂ ਪਾਣੀ ਖੇਤਾਂ ਵਿੱਚ ਲਗਾਉਣ ਲਈ ਜਨਰੇਟਰ ਮੰਗ ਲਿਆ ਪਰ ਜਨਰੇਟਰ ਪੁਰਾਣਾ ਹੋਣ ਕਰਕੇ ਖਰਾਬ ਹੋ ਗਿਆ ਅਤੇ ਖੇਤਾਂ ਵਿੱਚ ਲੱਗੀ ਮੋਟਰ ਵੀ ਖਰਾਬ ਹੋ ਗਈ ਤੇ ਜਦੋਂ ਗੁਰਧਰਮ ਸਿੰਘ ਆਪਣਾ ਜਨਰੇਟਰ ਲੈਣ ਆਇਆ ਤਾਂ ਜਨਰੇਟਰ ਖਰਾਬ ਦੇਖ ਕੇ ਉਹ ਗਾਲੀ ਗਲੋਚ ਕਰਨ ਲੱਗਾ ਤਾਂ ਅਸੀਂ ਉਸ ਨੂੰ ਕਿਹਾ ਕਿ ਅਸੀਂ ਜਨਰੇਟਰ ਠੀਕ ਕਰਵਾ ਕੇ ਦੇ ਦਿੰਦੇ ਹਾਂ ਪਰ ਉਸਨੇ ਕੋਈ ਵੀ ਗੱਲ ਨਾ ਸੁਣੀ ਤੇ ਤਿੰਨ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਮੇਰੇ ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਸਾਡੇ ਘਰ ਆ ਕੇ ਵੀ ਸ਼ਰੇਆਮ ਗੁੰਡਾਗਰਦੀ ਕੀਤੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਹਰਜੀਤ ਸਿੰਘ ਕਿਹੜਾ ਪਿੰਡ ਹੈ ਜੀ ਪੱਖੋਪੁਰਾ ਜੀ ਕੀ ਗੱਲ ਪਤਾ ਜੀ ਝਗੜਾ ਕਿੱਦਾਂ ਹੋਇਆ ਲੜਾਈ ਭਾਜੀ ਮੈਂ ਪੈੜੀ ਸਰਿਆੜੀ ਠੇਕੇ ਤੇ ਲਈ ਸੀ ਤੇ ਗਰਮੀ ਕਾਰਨ ਪਾਣੀ ਦੀ ਸ਼ਾਰਟ ਸੀ ਤੇ ਜਨਰੇਟਰ ਸਾਡੇ ਰਿਸ਼ਤੇਦਾਰਾਂ ਦਾ ਸਾਡੇ ਮਾਮਾ ਜੀ ਦਾ ਜਨਰੇਟਰ ਸਾਂਝਾ ਸੀ ਉਹਨਾਂ ਨਾਲ ਅਸੀਂ ਜਨਰੇਟਰ ਲੈਣ ਦਾ ਤੇ ਜਨਰੇਟਰ ਲਿਆਣ ਕੇ ਪਾਣੀ ਲਾਇਆ ਖੇਤ ਨੂੰ ਤੇ ਉਸ ਮੋਟਰ ਸੜ ਗਈ ਨਾਲ ਹੀ ਨਾਲ ਜਨਰੇਟਰ ਥੋੜ੍ਹਾ ਬਹੁਤਾ ਖਰਾਬ ਹੋ ਗਿਆ ਤੇ ਇੰਨੇ ਚਿਰ ਨੂੰ ਉਹ ਆ ਗਿਆ ਜਨਰੇਟਰ ਦਾ ਭਾਈਵਾਲ ਉਹ ਸਾਨੂੰ ਜਨਰੇਟਰ ਬਣਾਉਣ ਲਈ ਕਹਿਣ ਲੱਗਾ ਅਸੀਂ ਜਨਰੇਟਰ ਨੂੰ ਆਖਿਆ ਸਵੇਰੇ ਤੇਰਾ ਬਣ ਜੂਗਾ ਉਹ ਸਾਨੂੰ ਮਾੜਾ ਚੰਗਾ ਕਹਿਣ ਲੱਗਾ ਮਾੜਾ ਚੰਗਾ ਕਹਿੰਦਿਆਂ ਕਹਿੰਦਿਆਂ ਉਹ ਮਾੜਾ ਚੰਗਾ ਕਹਿੰਦਿਆਂ ਕਹਿੰਦਿਆਂ ਘਰ ਨੂੰ ਚਲੇ ਗਿਆ ਘਰੋਂ ਜਾ ਕੇ ਬੰਦੇ ਲੈ ਆ ਬੰਦੇ ਲਿਆ ਕੇ ਸਾਡੇ ਦੇ ਅਤੇ ਤਿਉਹਾਰਾਂ ਨਾਲ ਦਾਤਰਾਂ ਉਹਨਾਂ ਦੇ ਗੰਡਾਸੀਆਂ ਨਾਲ ਹਮਲਾ ਕਰਤਾ ਲਿਆ ਕੇ ਮੇਰਾ ਪਰਿਵਾਰ ਮੇਰੇ ਨਾਲ ਹੀ ਉਸ ਟਾਈਮ ਮੌਕੇ ਤੇ ਸਾਡੇ ਘਰ ਆ ਗਏ ਮਾਮਾ ਜੀ ਦੇ ਮੇਰੇ ਬੂਹੇ ਗੜੀ ਗੜ ਪੈ ਗਿਆ ਆ ਕੇ ਕਿੰਨੇ ਕੁ ਬੰਦੇ ਸੀ ਉਹ ਬੰਦੇ ਜੀ ਤਿੰਨ ਮੇਨ ਮੈਂ ਪਛਾਣਦਾ ਵਾਂ ਅਤੇ ਤਿੰਨ ਅਣਪਛਾਤੇ ਸੀ ਛੇ ਜਣੇ ਸੀ ਜੀ ਕੁੱਲ ਇਹ ਤਿੰਨਾਂ ਕੋਲੇ ਦਾਤਰ ਸੀ ਜੀ ਇੱਕ ਕੋਲੇ ਗੰਡਾਸੀ ਸੀ ਇੱਕ ਕੋਲੇ ਬੰਦੂਕ ਸੀ ਬਸ ਜੀ ਇੰਨੀ ਜਨਰੇਟਰ ਦੀ ਗੱਲ ਤੋਂ ਸਾਡੇ ਨਾਲ ਇਹ ਕਲੇ ਹੋਈ ਆ ਜੀ ਹੋਰ ਵੀ ਜ਼ਖਮੀ ਹੋ ਗਿਆ ਤੁਸੀਂ ਇਕੱਲੇ ਜ਼ਖਮੀ ਹੋਏ ਜੀ ਨਹੀਂ ਜੀ ਮੈਂ ਇਕੱਲਾ ਜ਼ਖਮੀ ਹੋਇਆ ਹੁਣ ਬਾਕੀ ਸਾਰੇ ਛਡਾਉਂਦੇ ਰਹੇ ਆ ਜੀ ਪੁਲਿਸ ਨੂੰ ਕੰਪਲੇਂਟ ਕੀਤੀ ਆ ਜੀ ਪੁਲਿਸ ਨਹੀਂ ਜੀ ਅਜੇ ਕਾਰਵਾਈ ਨਹੀਂ ਕਰ ਰਹੀ ਕੋਈ ਕਾਰਵਾਈ ਢਿੱਲੀ ਹੋ ਰਹੀ ਆ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਸਾਡੀ ਸਾਨੂੰ ਪੂਰਾ ਪੂਰਾ ਇਨਸਾਫ਼ ਮਿਲਣਾ ਚਾਹੀਦਾ ਜੀ ਸ਼ਰੇਆਮ ਬਦਮਾਸ਼ੀ ਕੀਤੀ ਆ ਜੀ ਗੁੰਡਾਗਰਦੀ ਕੀਤੀ ਸਾਡੇ ਘਰ ਆ ਕੇ ਸਾਡੇ ਗਲ ਪਏ ਆ ਉਹਨਾਂ ਦਾ ਸਾਡੇ ਤੋਂ 10-20 ਕਿੱਲੇ ਦੂਰ ਘਰ ਆ ਸਾਡੇ ਘਰ ਆ ਕੇ ਗਲ ਪਏ ਸਾਡੇ ਘਰੇ ਆ ਕੇ ਜਨਾਨੀਆਂ ਦੇ ਵੀ ਗਲ ਪਏ ਗਾਲ ਬੰਦਾ ਬਹੁਤ ਕੀਤਾ ਜੀ ਉਹਨਾਂ ਨੇ ਇਹਨਾਂ ਭਾਅ ਜੀ ਜਨਰੇਟਰ ਤੋਂ ਗੱਲ ਹੋਈ ਆ ਅਤੇ ਇਹ ਉਹਨਾਂ ਨੇ ਆਣ ਕੇ ਇਹਨਾਂ ਨੂੰ ਬਹੁਤ ਜ਼ਿਆਦਾ ਗੰਦਾ ਮਾਲਾਂ ਕੀਤੀਆਂ ਵਾ ਫਿਰ ਇਹ ਜਦੋਂ ਇੱਥੇ ਆਏ ਆਪਣੇ ਥਾਣੇ 'ਚ ਅਤੇ ਉਹਨਾਂ ਨੇ ਨਾ ਇਹਨਾਂ ਨੇ ਸੁਣਾਈ ਕੋਈ ਨਹੀਂ ਕੀਤੀ ਬਾਕੀ ਇਹਨਾਂ ਦੇ ਜੋ ਕਾਰਵਾਈ ਬਣਨੀ ਚਾਹੀਦੀ ਆ ਅਤੇ ਉਹ ਜਾਂ ਹੁਣ ਹਸਪਤਾਲੋਂ ਲੈ ਕੇ ਡਰਾਫ ਕੱਟ ਕੇ ਪਹਿਲਾਂ ਉਹ ਸਰਕਾਰੀ ਹਸਪਤਾਲ ਦਾਖਲ ਹੋਏ ਤਰਨ ਤਾਰਨ ਇੱਥੇ ਆਪਣੇ ਸਰਿਆਲੀ ਉਹ ਤੋਂ ਫਿਰ ਆਣ ਕੇ ਇੱਥੇ ਤਰਨ ਤਾਰਨ ਦਾਖਲ ਹੋਏ ਆ ਇੱਥੋਂ ਵੀ ਕੱਲ੍ਹ ਦੇ 3-4 ਦਿਨ ਹੋ ਗਏ ਫਲਾਰ ਹੋਏ ਆ ਬਾਹਰ ਉਹ ਝੂਠੀਆਂ ਛੱਬੀਆਂ ਬਣਾਉਂਦੇ ਆ ਕਿ ਝੂਠੀਆਂ ਬਣਾਈ ਜਾਂਦੇ ਆ ਮਾੜਾ ਅੱਗੇ ਗੂਠਾ ਵੱਢਿਆ ਉਹਨਾਂ ਦਾ ਮਾੜਾ ਜਿਹਾ ਹੋਰ ਵੱਢ ਕੇ ਉਹਨਾਂ ਨੇ ਇੱਥੋਂ ਅਤੇ ਆਪਣਾ ਉਹ ਹਾਂਜੀ ਝੂਠਾ ਪਰਚਾ ਸਾਡੇ 'ਤੇ ਦਰਜ ਕਰਾ ਰਹੇ ਹਾਂਜੀ ਉਲਟਾ ਕਰਾ ਰਹੇ ਆ ਕੀ ਮੰਗ ਕਰਦੇ ਤੁਸੀਂ ਹੁਣ ਕਿ ਸਾਡੇ ਇਹਨਾਂ ਦੀ ਸਮਾਈ ਹੋਣੀ ਕਿੰਨੇ ਭੇਜੇ ਪੁਲਿਸ ਬਲਜੀਤ ਕੌਰ ਇਹ ਅੱਜ ਦੇ ਸੱਟਾਂ ਲੱਗੀਆਂ ਕੀ ਲੱਗਦੀ ਤੁਹਾਡੇ ਮੇਰੇ ਹਸਬੈਂਡ ਤੇ ਕਿੱਦਾਂ ਲੱਗੀਆਂ ਸੱਟਾਂ ਕੀ ਗੱਲ ਜੀ ਅਸੀਂ ਨਾ ਮੈਂ ਵੀ ਉੱਥੇ ਹੀ ਅਤੇ ਅਸੀਂ ਇਸ ਤਰ੍ਹਾਂ ਹੀ ਗਏ ਸੀ ਅਤੇ ਜਨਰੇਟਰ ਲਿਆਂਦਾ ਸੀ ਇਹ ਸਾਡੇ ਰਿਸ਼ਤੇਦਾਰਾਂ ਨਾਲ ਜਨਰੇਟਰ ਸਾਂਝਾ ਵਾ ਅਤੇ ਆਪਾਂ ਲਿਆਂਦਾ ਸੀ ਕੁਛ ਪਾਣੀ ਦੀ ਕਾਰਨ ਅਤੇ ਉਹ ਜਨਰੇਟਰ ਵੀ ਖਰਾਬ ਹੋ ਗਿਆ ਮੋਟਰ ਵੀ ਸਾਡੀ ਹੋ ਗਈ ਕੁਛ 2 ਦਿਨ ਸਾਡੇ ਕੋਲ ਬਣਿਆ ਨਹੀਂ ਅਤੇ ਉਹ ਗਾਲਾਂ ਬੰਦਾ ਬਹੁਤ ਆ ਕੇ ਬੋਲਣ ਡਿਆ ਪਿਆ ਵੀ ਤੁਸੀਂ ਬਣਾ ਕੇ ਦਿਓ ਬਣਾ ਕੇ ਦਿਓ ਲੇਕਿਨ ਸਾਡੇ ਕੋਲ ਬਣ ਹੀ ਨਹੀਂ ਪਾਇਆ ਅਤੇ ਮੁੜ ਕੇ ਕਹਿੰਦੇ ਤੁਸੀਂ ਕੋਈ ਨਹੀਂ ਬਣਾ ਦਾਂਗੇ ਸਵੇਰੇ ਤੁਸੀਂ ਆਪ ਚਾਹੇ ਪੈਸੇ ਲੈ ਜਾਓ ਚਾਹੇ ਬਣਵਾ ਲਓ ਅਤੇ ਸਾਡੇ ਕੋਲ ਬਣਿਆ ਨਹੀਂ ਇਸੇ ਗੱਲ 'ਚ ਆ ਕੇ 4-5-6 ਬੰਦੇ ਲੈ ਕੇ ਆ ਗਿਆ ਕੁਛ ਦਾਤਰ ਸੀਗੇ ਕੁਛ ਹਥਿਆਰ ਬਹੁਤ ਲੈ ਕੇ ਆ ਗਿਆ ਅਤੇ ਸਿੱਧਾ ਇਹਨਾਂ ਨੂੰ ਬਾਕੀ ਰਿਸ਼ਤੇਦਾਰ ਜਿਹੜੇ ਸਾਡੇ ਸੀ ਉਹ ਛਡਾਉਂਦੇ ਛਡੂੰਦੇ ਹੀ ਰਹੇ ਪਰ ਉਹਨਾਂ ਨੇ ਵੀ ਕੋਈ
इस तरह करके हमला ही करन डे छुड़ा छुड़ा बहुत दातर दूतर छे को नहीं छड़ाए गए भी मुड़के इस तरह मार मुड़ के सुट के चल गए। हाँ जी मुके तो सी हाँ जी छुड़ा रहे हाँ जी पर हाडे दातर वजद करके तो बहुत ज्यादा वो पै गए दुआले हो गए तो करके साढ़े को गाड़ी कार्रवाई नहीं। हाँ जी हाँ जी पे मेरे भी गल पे कहते नहीं कोई कार्रवाई नहीं की अं उ गए भी हाँ तो पुलिस ने रिपोर्ट जी हुई है ना उन्होंने कहा कि डांगा वजिया आ डांगा वजन के नाल इन सट्टा लग सदी टांके लग सकते डांगा ना डांगा लिखिया पुलिस ने भी डांगा लगियां डांगा वजिया आ रिपोर्ट के डांगा लिखिया है अं यो मंग करते हैं इंसाफ चाहिए वा वेखो सट्टा लगिया पांच छह दिन हो गए अं इतने बैठे हैं कोई हाड़ी कार्रवाई नहीं पुलिस कर रही कोई अजे तीन नहीं इतने आया है भी अं पुछ गिछ करिए किस तरह वा की होया मौके तो कोई नहीं पुछ गिछ हाँ छह दिन हो गए अज बुधवार दे आए अं हाँ जी फरार है दोषी अजे कोई नहीं गा गिरफ्तार सानू जानो मारन दियां धमकियां दिंदे आ भी अं तुहानू मार देना आ। उधर जांच कार्य अधिकारी ने कहा कि इस लड़ाई झगड़े विच दोवें धिरां दे लोकां नूं सट्टां लगियां ने जिन्हां दे बयानां दे आधार ते मामले दर्ज कीते गए ने ते जो भी तत्थ सामने आउणगे उन्हां दे आधार ते बनदी कारवाई कीती जावेगी। हरजीत सिंह पिंड पखोपुर इन्हां दी जमीन थाने अपने सरहाली जमीन पैंदी इन्हां दा जनरेटर गुर ध्यान सिंह ने मंग के खड़िया है जो जनरेटर खराब हो गया उतों इन्हों की आपस बना तो तू तू मैं हुई उस तो बाद इन्होंने जमीन से झगड़ा हो गया तो दोनों धिर सट्टा लगी दोनों ने एप्लीकेशन दिखाई जांच चल रही है जिसके खिलाफ कानूनी कार्रवाई की जाएगी। मैं अपने ये मोढ़िया से गोढ़िया तो बहुत दुखी सी मेरे लिए तो तुरना फिरना भी इन्ना औखा हो मैं दस भी नहीं सकता पर जब तो मैं फिर रिलीफ मिले ढाई तीन महीने इस्तेमाल करने तो बाद गोडे भी ओके मोडे भी ओके जी तुसी भी किसी इस तरह की बीमारी तो परेशान हो तो बेझिझक होकर इस इस्तेमाल करो सिर्फ ढाई तीन महीने ये 125 बीमारियां तक का इलाज कर सकता है फी रिलीफ हमेशा याद रखो। बस कुछ दिनों तो मैं बालों की बड़ी समस्या सी मेरे बाल झड़ने शुरू हो गए सी मैं मेरे दोस्त ने ऑयल फी रिलीफ वाले दसिया मैं ये तेल तीन क महीने लाना अपने सिर पर अप्लाई किया ये बिल्कुल आयुर्वैदिक तेल है यदा कोई साइड इफेक्ट नहीं है तो मेरे बाल जड़े गंजपन पैना शुरू हो गया से वो दोबारा आने लग गए तो मैनू तो बड़ा फायदा दिता इसने जे तुहानू भी किसी इस तरह की प्रॉब्लम का तुसी सामना कर रहे हो तो ये तेल लाना ना भुलो। कितना कितनी असं अपने बालों करके शर्म फील करते हैं कितनी सोसाइटी बैठे कि कोई मजाक ना कर रहा है पर थैंक्स टू फ्री लीफ जिन्हें मेरा कॉन्फिडेंस बिल्ड किया जिसे लगाने मैं मार्केट से बड़ा ही कॉन्फिडेंट हाँ और ये मैं बड़ा फायदा होया तो मैं सर्वाइकल की भी दिक्कत सी तो भी मैं बड़ा रिलीफ मिले ये यूज़ करो तो मैं प्रैक्टिकल यूज़ कर रहा।